ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਆਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨੇਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਜੀ ਬਿਗ ਬ੍ਰੇਕਿੰਗ ਨਿਊਜ਼ ਤੋਂ ਪੰਜਾਬ ਜਲਦੀ ਹੀ ਚਲਾਵੇਗਾ ਆਪਣੀਆਂ ਰੇਲ ਗੱਡੀਆਂ ਸੋ ਰੇਲ ਗੱਡੀਆਂ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਬਣੇਗਾ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਹੋਰ ਵੀ ਪ੍ਰਫੁੱਲਤ ਕਰਨ ਲਈ ਪੰਜਾਬ ਸੂਬੇ ਵਿੱਚ ਆਪਣੀਆਂ ਤਿੰਨ ਰੇਲ ਗੱਡੀਆਂ ਚਲਾਏ ਗਏ ਸਬੰਧੀ ਰੇਲਵੇ ਮੈਕਮੇ ਨਾਲ ਗੱਲਬਾਤ ਚੱਲ ਰਹੀ ਹੈ ਭਗਵੰਤ ਮਾਨ ਨੇ ਕਿਹਾ ਕਿ ਆਪਣੀਆਂ ਟ੍ਰੇਨਾਂ ਹੋਣ ਨਾਲ ਟ੍ਰੇਨ ਦਾ ਸਮਾਂ ਸਿਰ ਨਾ ਮਿਲਣਾ ਰੈਕ ਨਾ ਮਿਲਣਾ ਆਦਿ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ ਸੋਨਮ ਬਾਜਵਾ ਨੇ ਸ਼ੁਰੂ ਕੀਤੀ ਗੋਡੇ-ਗੋਡੇ ਚਾਹ ਫਿਲਮ ਦੀ ਸ਼ੂਟਿੰਗ ਪੋਸਟ ਕਰਕੇ ਸ਼ੇਅਰ ਕੀਤੀ ਵੱਡੀ ਖਬਰ ਸੋ ਪੰਜਾਬੀ ਅਦਾਕਾਰਾਂ ਸੋਨਮ ਬਾਜਵਾ ਨੇ ਦਿਨੀ ਲਾਈਮ ਲਾਈਟ ਬਣੀ ਹੋਈ ਹੈ ਸੋ ਇਸ ਵਜ੍ਹਾ ਕਰਕੇ ਅਦਾਕਾਰਾਂ ਨੇ ਟੀਵੀ ਟਾਕ ਸ਼ੋ ਦਿਲ ਦੀਆਂ ਗੱਲਾਂ ਦੋ ਲੈ ਕੇ ਸ਼ਨੀਵਾਰ ਅਤੇ ਐਤਵਾਰ ਸਤਾਰੇ ਆ ਰੌਣਕ ਲਾਉਂਦੇ ਨੇ ਸੋ ਇਸ ਦੇ ਨਾਲ ਉਹ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਕਰਦੇ ਨੇ ਸੋ ਇਸ ਸ਼ੋਅ ਦੇ ਬਾਅਦ ਉਹਨਾਂ ਨੇ ਹੁਣ ਗੋਡੇ-ਗੋਡੇ ਚਾਹ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ ਆਰਡੀਐਫ ਸਣੇ ਇਹਨਾਂ ਮੁੱਦਿਆਂ ਤੇ ਹੋਈ ਚਰਚਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਵਿਆਦਬੀ ਦੇ ਕਾਨੂੰਨ ਆਪਰਾਧ ਤੇ ਦੋਚੀਆਂ ਨੂੰ ਸਖਤ ਸਜਾਵਾਂ ਦੇਣ ਵਾਲੇ ਰਾਜ ਦੇ ਦੋ ਮਹੱਤਵਪੂਰਨ ਬਕਾਇਆ ਬਿੱਲਾਂ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਲੈਣ ਵਾਸਤੇ ਭਾਰਤ ਸਰਕਾਰ ਦੇ ਦਖਲ ਵੀ ਮੰਗ ਕੀਤੀ ਅਮਿਤ ਸ਼ਾਹ ਨੇ ਉਹਨਾਂ ਦੇ ਦਫ਼ਤਰ ਦੇ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਪਵਿੱਤਰ ਗ੍ਰੰਥਾਂ ਦੀ ਵਿਅਦਬੀ ਸੂਬੇ ਦੇ ਲਈ ਇੱਕ ਵੱਡੀ ਚੁਣੌਤੀ ਉਹਨਾਂ ਨੇ ਕਿਹਾ ਕਿ ਇਸ ਸੰਦਰਭ ਦੇ ਵਿੱਚ ਮਹਿਸੂਸ ਕੀਤਾ ਗਿਆ ਹੈ ਕਿ ਭਾਰਤੀ ਡੰਡ ਵਿਧਾਨ ਦੀਆਂ ਧਾਰਾਵਾਂ 295 ਤੇ 295ਏ ਦੀ ਮੌਜੂਦਾ ਵਿਵਸਥਾ ਦੇ ਅਨੁਸਾਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਲਈ ਸਜ਼ਾ ਦੀ ਮਿਆਦ ਨਾ ਕਾਫੀ ਹੈ ਇਸ ਕਰਕੇ ਇਸ ਨੂੰ ਵਧਾਇਆ ਜਾਵੇ ਸਿੱਖ ਪੰਥ ਚੋਂ ਵਧਿਆ ਵਿਵਾਦ ਪੰਜ ਪਿਆਰਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿੱਧੀ ਚੁਣੌਤੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦਾ ਵਿਵਾਦ ਮੁੜ ਸੁਲਝਦਾ ਨਜ਼ਰ ਨਹੀਂ ਆ ਰਿਹਾ। ਬੀਤੇ ਦਿਨ ਵਿਵਾਦਬਾਦ ਹੋਇਆ ਦਿਖਾਈ ਦੇ ਰਿਹਾ ਜੀ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਟਨਾ ਸਾਹਿਬ ਦੀ ਕਮੇਟੀ ਨੂੰ ਤਲਬ ਕਰਦਿਆਂ ਜਿੱਥੇ ਧਾਰਮਿਕ ਸੇਵਾ ਲਈਗੀ ਉੱਥੇ ਹੀ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਈ ਯਾਕਰਾਰ ਦਿੱਤਾ ਗਿਆ। ਇਸ ਦੇ ਨਾਲ ਹੀ ਪਟਨਾ ਸਾਹਿਬ ਕਮੇਟੀ ਚ ਕੰਮ ਕਰਨ ਵਾਲੇ ਸੇਵਾਦਾਰਾਂ ਨੂੰ ਤਬਾਕੂ ਦਾ ਸੇਵਨ ਕਰਨ ਦੀ ਵੀ ਸਖਤ ਸ਼ਬਦਾਂ ਚ ਮਨਾਹੀ ਕੀਤੀ ਗਈ। ਇੰਨਾ ਸਭ ਹੁਕਮਾਂ ਨੂੰ ਪੜਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਮੋਟੋ ਰੱਦ ਕਰ ਦਿੱਤਾ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਗੌਰਤਲਬਾ ਕੇ ਗਿਆਨੀ ਇਕਬਾਲ ਸਿੰਘ ਤਨਖਾਈਆ ਕਰਾਰ ਹੋਣ ਦੇ ਬਾਵਜੂਦ ਤਖਤ ਸਾਹਿਬ ਦੇ ਅੰਦਰ ਪ੍ਰਵੇਸ਼ ਹੋਏ ਤੇ ਉਹਨਾਂ ਦਾ ਇੱਕ ਧੜਾ ਲਗਾਤਾਰ ਜਥੇਦਾਰ ਅਕਾਲ ਤਖਤ ਸਾਹਿਬ ਦਾ ਵਿਰੋਧ ਕਰ ਰਹੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਕਿ ਇਕਬਾਲ ਸਿੰਘ ਨੂੰ ਤਖਤ ਸ੍ਰੀ ਪੜਨਾ ਸਾਹਿਬ ਦੀ ਸੇਵਾ ਦਿੱਤੀ ਜਾਵੇ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਭਾਰਤ ਸਿਰਫ ਅਮਰੀਕਾ ਦਾ ਸੰਯੋਗੀ ਹੀ ਨਹੀਂ ਸਗੋਂ ਦੁਨੀਆ ਦਾ ਇੱਕ ਹੋਰ ਮਹਾਸ਼ਕਤੀ ਬਣੇਗਾ ਵਾਈਟ ਹਾਊਸ ਅਧਿਕਾਰੀ ਉਹਨਾਂ ਦਾ ਮੰਨਣਾ ਹੈ ਕਿ ਇੱਕਵੇਂ ਸਾਦੀ ਦੇ ਵਿੱਚ ਅਮਰੀਕਾ ਲਈ ਭਾਰਤ ਨਾਲ ਦੁਵੱਲੇ ਸਬੰਧਾਂ ਨੂੰ ਮਹੱਤਵਪੂਰਨ ਹਨ ਸੋ ਵੱਡੀ ਖਬਰਾਂ ਦੀ ਪਰ ਉਸ ਤੋਂ ਪਹਿਲਾਂ ਨੇਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਅਮਰੀਕੀ ਵਾਈਟ ਹਾਊਸ ਨੇ ਦੁਨੀਆ ਤੇ ਭਾਰਤ ਦੇ ਵਾਦ ਦੇ ਪ੍ਰਭਾਵ ਤੇ ਪ੍ਰਤੀਕਿਰਿਆ ਦਿੱਤੀ ਹੈ ਵਾਊਟ ਹਾਊਸ ਦੇ ਕੁਝ ਅਧਿਕਾਰੀ ਨੇ ਕਿਹਾ ਕਿ ਭਾਰਤ ਸੰਯੁਕਤ ਰਾਜ ਅਮਰੀਕਾ ਦਾ ਸੰਯੋਗੀ ਹੈ ਤੇ ਅਮਰੀਕਾ ਦਾ ਸੰਯੋਗੀ ਹੀ ਨਹੀਂ ਹੋਵੇਗਾ ਸਗੋਂ ਇੱਕ ਵੱਡੀ ਤਾਕਤ ਬਣੇਗਾ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਭਾਰਤ ਅਮਰੀਕਾ ਦਵੱਲੇ ਸਬੰਧ ਜਿੰਨੀ ਤੇਜ਼ੀ ਨਾਲ ਮਜ਼ਬੂਤ ਅਤੇ ਡੂੰਘੇ ਹੋਏ ਹਨ ਅਜਿਹਾ ਕਿਸੇ ਹੋਰ ਦੁਵੱਲੇ ਸਬੰਧਨ ਨਾਲ ਨਹੀਂ ਹੋਇਆ ਹੁਣ ਐਨਓਸੀ ਤੇ ਸੀਐਲਯੂ ਕਲੀਅਰੈਂਸ ਲਈ ਦਫ਼ਤਰਾਂ ਦੇ ਚੱਕਰ ਨਹੀਂ ਕੱਟਨੇ ਪੈਣਗੇ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਚ ਉਦਯੋਗਪਤੀਆਂ ਤੇ ਕਾਰੋਬਾਰੀਆਂ ਨੂੰ ਚੰਗਾ ਮਾਹੌਲ ਦਿੱਤਾ ਜਾ ਰਿਹਾ ਜੇ ਉਦਯੋਗਪਤੀਆਂ ਲਈ ਕਾਰੋਬਾਰ ਸ਼ੁਰੂ ਕਰਨ ਲਈ ਹੁਣ 100% ਦੀ ਆਸਾਨੀ ਹੋਵੇਗੀ ਉਹਨਾਂ ਨੂੰ ਸੀਟਸੀਐਲਯੂਟ ਪ੍ਰਦੂਸ਼ਣ ਕਲੀਅਰੈਂਸ ਲਈ ਦਫ਼ਤਰਾਂ ਦੇ ਚੱਕਰ ਨਹੀਂ ਕੱਢਣੇ ਪੈਣਗੇ ਇਸ ਦਰਾਂ ਨੂੰ ਉਹਨਾਂ ਨੇ ਕਿਹਾ ਕਿ ਉਦਯੋਗਪਤੀ ਜ਼ਮੀਨ ਰਜਿਸਟਰੀ ਤੋਂ ਇੱਕ ਦਿਨ ਬਾਅਦ ਹੀ ਆਪਣੇ ਕੰਨ ਸ਼ੁਰੂ ਕਰ ਕੰਮ ਸ਼ੁਰੂ ਕਰ ਸਕਣਗੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਚੂ ਸੀਆਈ ਆਈ ਦੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇੰਡੀਆ ਵਸ ਬੰਗਲਾਦੇਸ਼ ਪਾਰਟੀ ਇੰਡੀਆ ਪਰ ਭਲਕੇ ਆਖਰੀ ਵਨਡੇ ਬੰਗਲਾਦੇਸ਼ ਦਾ ਸਾਹਮਣਾ ਕਰੇਗੀ ਅੱਜ ਸੋ ਕਿੱਥੇ ਤੇ ਕਦੋਂ ਦੇਖ ਸਕਦੇ ਹੋ ਜੀ ਲਾਈਵ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਅੱਜ 10 ਦਸੰਬਰ ਨੂੰ ਆਖਰੀ ਮੈਚ ਖੇਡਿਆ ਜਾਵੇਗਾ ਬੰਗਲਾਦੇਸ਼ ਨੇ ਸੀਰੀਜ਼ ਚ 2/0 ਦੀ ਅਜੇਤੂ ਬੜਤਲ ਬਣਾਲੀ ਹੈ ਤੇ ਦੋਵੇਂ ਟੀਮਾਂ ਵਿਚਾਲੇ ਆਖਰੀ ਵਨਡੇ ਮੈਚ ਚੋਟਾਗ੍ਰਾਮ ਚ ਖੇਡਿਆ ਜਾਵੇਗਾ ਇਸ 1ਡੇ ਮੈਚ ਚ ਭਾਰਤੀ ਟੀਮ ਆਪਣੀ ਸ਼ਾਖ ਬਚਾਉਣ ਦੀ ਕੋਸ਼ਿਸ਼ ਕਰੇਗੀ ਤੇ ਬੰਗਲਾਦੇਸ਼ ਦੀ ਟੀਮ ਸੀਰੀਜ਼ ਨੂੰ ਕਲੀਨ ਸਵੀਪ ਕਰਕੇ ਇਤਿਹਾਸ ਰਚਨਾ ਚਾਹੇਗੀ 15 ਫਰਵਰੀ ਤੱਕ ਦੇਾਂਗੇ 15000 ਅਧਿਆਪਕਾਂ ਦੀ ਭਰਤੀ 7000 ਅਸਾਮੀਆਂ ਦਾ ਕੰਮ ਅਗਲੇ ਪੜਾਅ ਦੇ ਵਿੱਚ ਹੋਵੇਗਾ ਮੁਕੰਮਲ ਬੈਂਸ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 15 ਫਰਵਰੀ ਤੱਕ ਸੂਬੇ ਵਿੱਚ 15000 ਅਧਿਆਪਕਾਂ ਦੀ ਭਰਤੀ ਲਈ ਕਰ ਲਈ ਜਾਵੇਗੀ ਤਾਂ ਇਸ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਦੂਰ ਹੋਣ ਦੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਵੀਰਵਾਰ ਨੂੰ ਗੁਰੂ ਨਾਨਕ ਸਟੇਡੀਅਮ 'ਚ ਦਿਵਿਆਂਗ ਬੱਚਿਆਂ ਦੇ ਸ਼ੁਰੂ ਹੋਏ ਰਾਜ ਪੱਦਰੀ ਖੇਡ ਪ੍ਰਤੀਯੋਗ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਆਏ ਕਿ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੱਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਸੂਬੇ ਭਾਰਚੂ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀਆਂ ਲਗਭਗ 22 ਹਜ਼ਾਰ ਅਸਾਮੀਆਂ ਖਾਲੀ ਨੇ 15 ਫਰਵਰੀ ਤੱਕ 15000 ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਬਾਕੀ 7000 ਅਸਾਮੀਆਂ ਭਰਨ ਦਾ ਕੰਮ ਅਗਲੇ ਪੜਾਅ ਦੇ ਵਿੱਚ ਪੂਰਾ ਕਰ ਲਿਆ ਜਾਵੇਗਾ ਪਿਛਲੇ ਦਿਨੀ ਬਿਜਲੀ ਬਿੱਲ ਅਦਾ ਕਰਨ ਨਾਤੇ ਪਾਵਰ ਕਾਮ ਵਿਭਾਗ ਨੇ ਸੂਬੇ ਦੇ ਅੱਧ ਸਰਕਾਰੀ ਸਕੂਲਾਂ ਦੇ ਬਿਜਲੀ ਕਨੈਕਸ਼ਨ ਕੱਢ ਦਿੱਤੇ ਸਨ ਇਸ ਸਬੰਧੀ ਸਿੱਖਿਆ ਮੰਤਰੀ ਨੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਬਿਜਲੀ ਅਜ ਸੰਕਟ ਅੜੀਕਾ ਨਾ ਬਣੇ ਇਸ ਲਈ ਪਾਵਰ ਕਾਮ ਨੂੰ ਉਹ ਪੱਤਰ ਲਿਖਣ ਜਾ ਰਹੇ ਹਨ ਸੀਮ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ ਪਿੰਡੂ ਵਿਕਾਸ ਫੰਡ ਦਾ ਚੁੱਕਣਗੇ ਮੁੱਦਾ ਸਿੱਖਿਆ ਮੰਤਰੀ ਮੁੱਖ ਮੰਤਰੀ ਪੰਜਾਬ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਇਸ ਤੋਂ ਬਾਅਦ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਪਿਊਸ਼ ਗੋਇਲ ਦੇ ਨਾਲ ਮੀਟਿੰਗ ਕਰਨਗੇ ਜਾਣਕਾਰੀ ਦੇ ਮੁਤਾਬਕ ਮੀਟਿੰਗ ਦੇ ਵਿੱਚ ਸੂਬੇ ਨੂੰ ਪਿੰਡੂ ਵਿਕਾਸ ਫੰਡ ਜਾਰੀ ਨਾ ਕੀਤੇ ਜਾਂਦਾ ਮੁੱਦਾ ਉਠਾਉਣਗੇ ਮੁੱਖ ਮੰਤਰੀ ਦੁਪਹਿਰ ਨੂੰ ਦਿੱਲੀ ਦੇ ਵਿੱਚ ਦੋਵੇਂ ਨੇਤਾਵਾਂ ਨੂੰ ਮਿਲਣਗੇ ਦੱਸਦੀ ਹੈ ਨਗਦੀ ਦੀ ਤੰਗੀ ਨਾਲ ਜੂਝ ਰਹੀ ਪੰਜਾਬ ਸਰਕਾਰ ਨੂੰ ਝਟਕਾ ਦਿੰਦਿਆਂ ਭਾਰਤ ਸਰਕਾਰ ਨੇ ਪੰਜਾਬ ਨੂੰ 2800 80 ਕਰੋੜ ਰੁਪਏ ਦਾ ਆਰਡੀਐਫ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਇਸ ਦੀ ਬਜਾਏ ਸੂਬੇ ਨੂੰ ਆਪਣੇ ਕਾਨੂੰਨੀ ਖਰਚਿਆਂ ਨੂੰ ਘਟਾਉਣ ਲਈ ਕਿਹਾ ਸੀ ਵੱਡੀ ਖਬਰ ਆ ਰਹੀ ਹੈ ਜੇ ਜੋਧਪੁਰ ਤੋਂ ਜਿੱਥੇ ਵਿਆਹ ਸਮਾਗਮ ਤੋਂ ਗੈਸ ਸਿਲੰਡਰ ਫਟਣ ਨਾਲ ਵਾਪਰਿਆ ਹਾਦਸਾ 4 ਦੀ ਮੌਤ ਦੁੱਲ ਹੈ ਸਨੇ 60 ਲੋਕ ਚੁਲਸੇ ਜੋਧਪੁਰ ਦੇ ਵਿੱਚ ਚੱਲ ਰਹੇ ਵਿਆਹ ਸਮਾਗਮ 'ਚ ਗੈਹ ਪੰਜ ਗੈ ਸਿਲੰਡਰਾਂ 'ਚ ਬਲਾਸਟ ਹੋਣ ਨਾਲ ਹਫੜਾ ਦਫੜੀ ਮੱਚ ਗਈ ਤੇ ਮੌਕੇ ਤੇ ਲਾੜੇ ਤੇ ਉਸਦੇ ਪਿੱਤਾ ਮਾਤਾ ਪਿਤਾ ਸਨੇ 60 ਲੋਕ ਚੁਲਸਗੇ ਚਾਰ ਲੋਕਾਂ ਦੀ ਮੌਤ ਹੋ ਗਈ ਹਾਦਸਾ ਸ਼ੇਰਗੜ੍ਹ ਕੋਲ ਅੰਗੂਰਾ ਪਿੰਡ 'ਚ ਦੁਪਹਿਰ ਦੇ ਵਕਤ ਵਾਪਰਿਆ ਇੱਥੇ ਤਖ ਸਿੰਘ ਦੇ ਘਰ ਵਿਆਹ ਸਮਾਰੋਹੀ ਬਕਰੋ ਬਰਾਤ ਰਵਾਨਾ ਹੋਣ ਵਾਲੀ ਸੀ ਕਿ ਅਚਾਨਕ ਸਿਲੰਡਰ ਫਟ ਗਿਆ ਜਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਕੜਨਾ ਦੀ ਸੂਚਨਾ ਮਿਲਤੇ ਹੀ ਕਲੈਕਟਰ ਹਿਮਾਂਸ਼ੂ ਗੁਪਤਾ ਹਸਪਤਾਲ ਪਹੁੰਚੇ ਵੱਡੀ ਖਬਰ ਹੈ ਜੀ ਪੰਜਾਬ ਮੰਤਰੀ ਮੰਡਲ ਚ ਹੋ ਸਕਦਾ ਫੇਰ ਬਦਲ ਕਈ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਲੋਂ ਸਾਢੇ 8 ਮਹੀਨੇ ਬਾਅਦ ਮੰਤਰੀ ਮੰਡਲ ਚ ਫੇਰ ਬਦਲ ਦੀ ਤਿਆਰੀ ਕੀਤੀ ਜਾ ਰਹੀ ਹੈ ਸੂਤਰਾਂ ਅਨੁਸਾਰ ਕੈਬਨਿਟ ਮੰਤਰੀ ਵਜਾ ਸਿੰਘ ਸਰਾਰੀ ਸਣੇ ਕਈ ਹੋਰ ਵਜ਼ੀਰਾਂ ਦੀ ਛੁੱਟੀ ਹੋ ਸਕਦੀ ਹੈ ਪੰਜਾਬ ਮੰਤਰੀ ਮੰਡਲ ਨੇ ਇਹ ਬਦਲਾ ਦਸੰਬਰ ਦੇ ਅਖੀਰ ਤੱਕ ਹੋ ਸਕਦਾ ਹੈ ਸੂਤਰਾਂ ਦੇ ਮੁਤਾਬਕ ਆਪ ਦੀ ਹਾਈ ਕਮਾਂਡ ਤੇ ਸੀਐਮ ਭਗਵੰਤ ਮਾਨ ਵੱਲੋਂ ਮੰਤਰੀ ਮੰਡਲ ਦੇ ਨਵੇਂ ਚਿਹਰਿਆਂ ਲਈ ਆਪਣੇ ਸਲਾਹਕਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਬਾਹੀ ਮਚਾਉਣ ਆ ਰਿਹਾ ਚੱਕਰਵਾਤੀ ਤੂਫਾਨ ਮੰਡਸੂ ਅਜਤ ਨਹੀਂ ਤੋਂ ਲੰਗੇਗੜ੍ਹ ਨਾਲ ਆਰਡੀਐਫ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਜੀ ਚੱਕਰਵਰਤੀ ਤੂਫਾਨ ਮੈਂਡਸ ਦੇ ਕਾਰਨ ਦੱਖਣੀ ਟਟ ਵਰਤੀ ਆਂਧਰਾ ਪ੍ਰਦੇਸ਼ ਤੇ ਅੰਦਰੂਨੀ ਤਾਮਿਲਨਾਡੂ ਅਤੇ ਰਲਾਇ ਸੀਮਾ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ بارش ਹੋਣ ਦੀ ਸੰਭਾਵਨਾ ਹੈ ਸੋ ਇਸ ਤੇ ਉੱਤਰ ਪੱਛਮ ਵੱਲ ਵਧਨ ਦੀ ਇੱਕ ਗੰਭੀਰ ਚੱਕਰਵਾਤੀ ਤੂਫਾਨ ਦੇ ਤੇਜ਼ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਜੀ ਗਵਾਂਡੀ ਰਾਜ ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਾਕੂਟਾ ਤੇ ਪਾਂਡੂਚੇਰੀ ਦੇ ਵਿੱਚਕਾਰ 9 ਦਸੰਬਰ ਦੀ ਅੱਧੀ ਰਾਤ ਤੋਂ ਲੰਘਣ ਵਾਲੀ ਬੰਗਾਲ ਦੀ ਖਾੜੀ ਉੱਤੇ ਚੱਕਰਵਰਤੀ ਤੂਫਾਨ ਮੌਨਸੂਨ ਦੀ ਸੰਭਾਵਨਾ ਤੇ ਮੱਦੇਨਜ਼ਰ ਤਾਮਿਲਨਾਡੂ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਡਰ ਦਾ ਮਾਹੌਲ 6 ਮਹੀਨਿਆਂ 'ਚ 58 ਲੋਕਾਂ ਨੂੰ ਫਰौती ਲਈ ਆਏ ਫੂਨ ਨਾ ਦੇਣ ਤੇ 3 ਹੱਤਿਆ। ਇੱਕ ਗਨਮੈਂਦੀ ਗਈ ਜਾਨ ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਸੂਬੇ ਦੇ ਵਿੱਚ ਫਰੋਤੀਆਂ ਦੀਆਂ ਵਾਧੀਆਂ ਘਟਨਾਵਾਂ ਕਾਨੂੰਨ ਵਿਵਸਥਾ ਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੀਆਂ ਨੇ। ਪਿਛਲੇ 6 ਮਹੀਨਿਆਂ ਦੇ ਵਿੱਚ 14 ਜ਼ਿਲ੍ਹਿਆਂ ਵਿੱਚ ਫਰੋਤੀਆਂ ਦੀਆਂ ਕਾਲਾਂ ਕਰਨ ਤੇ 58 ਕੇਸ ਦਰਜ ਕੀਤੇ ਨੇ ਇਹਨਾਂ ਚੋਂ 3 ਲੋਕਾਂ ਨੂੰ ਫਰੋਤੀ ਨਾ ਦੇਣ ਦੇ ਕਰਕੇ ਮਾਰ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਗਨਮੈਨ ਵੀ ਮਾਰਿਆ ਗਿਆ ਮੋਗਾ ਤੇ ਤਰਨਤਾਰਨ ਨੂੰ ਫਰੋਤੀ ਨਾ ਦੇਣ ਦੇ ਕਾਰਨ ਕਰਾਂ ਤੇ ਗੋਲੀਆਂ ਚਲਾਈਆਂ ਗਈਆਂ ਸਭ ਤੋਂ ਵੱਧ ਕਾਲਾਂ ਲੁਧਿਆਣਾ ਦੇ ਵਿੱਚ ਕੀਤੀਆਂ ਗਈਆਂ ਨੇ 34 ਲੋਕਾਂ ਨੂੰ ਕੀਤੀਆਂ ਨੇ ਜਿਨ੍ਹਾਂ ਚੋਂ 13 ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਇਸ ਤੋਂ ਵੀ ਕਿਤੇ ਜ਼ਿਆਦਾ ਹੈ ਜਿਨ੍ਹਾਂ ਨੇ ਹਾਲੇ ਤੱਕ ਪੁਲਿਸ ਕੋਲੇ ਪਹੁੰਚ ਹੀ ਨਹੀਂ ਕੀਤੀ ਪਿਛਲੇ 3 ਮਹੀਨਿਆਂ ਵਿੱਚ ਸੂਬੇ ਦੇ ਦੋ ਕੱਪੜਾ ਵਪਾਰੀਆਂ ਨੂੰ ਫਰੋਤੀ ਲਈ ਮਾਰ ਦਿੱਤਾ ਗਿਆ 11 ਅਕਤੂਬਰ 2022 ਨੂੰ ਗੈਂਗਸਟਰ ਲੰਡਾ ਨੇ ਤਰਨਤਾਰਨ ਦੇ ਪਿੰਡ ਰਸੂਲਪੁਰ ਚੂ ਰੈਡੀमेड ਗਾਰਮੈਂਟ ਕਾਰੋਬਾਰੀ ਗੁਰਜੰਟ ਸਿੰਘ ਨੂੰ ਫੋਨ ਕਰਕੇ 20 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਸੀ ਨਾਂ ਦੇਣ ਤੇ ਉਸ ਦੀ ਦੁਕਾਨ 'ਚ ਗੋਲੀ ਮਾਰ ਦਿੱਤੀ ਗਈ ਸੀ ਸੇਤ ਸਹੂਲਤਾਂ ਚ ਹੋਵੇਗਾ ਵਾਅਦਾ ਕੈਬਨਿਟ ਮੰਤਰੀ ਜੋੜਾ ਮਾਜਰਾ ਨੇ 26 ਬਾਰੇ ਕੀਤਾ ਵੱਡਾ ਐਲਾਨ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਸੇਤ ਸਹੂਲਤਾਂ ਦੇ ਵਿੱਚ ਹੋਰ ਵਾਅਦਾ ਕਰਨ ਦੀ ਤਿਆਰੀ ਹੈ ਸੋ ਇਸ ਸਬੰਧੀ ਪੰਜਾਬ ਦੇ ਸੇਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਵੱਡਾ ਬਿਆਨ ਦਿੱਤਾ ਹੈ ਜੋੜਾ ਮਾਜਰਾ ਨੇ ਕਬੱਡੀ ਕੱਪ ਸਬੰਧੀ ਕਰਵਾਏਗੇ ਸਮਾਗਮ ਤੁਰਨ ਵੱਡਾ ਐਲਾਨ ਕੀਤਾ ਲੋਹਾਮਣ ਨਗਰੀ ਮੰਡੀ ਗਵਿੰਦਗੜ੍ਹ ਦੇ ਨੇੜੇ ਪਿੰਡ ਵਜੀਰਾਬਾਦ ਤੋਂ ਸਮੂਹ ਪਿੰਡ ਵਾਸੀਆਂ ਵੱਲੋਂ ਪੰਜਵਾਂ ਕਬੱਡੀ ਕੱਪ ਕਰਾਇਆ ਗਿਆ ਜਿੱਥੇ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਕੇ ਕੱਪ ਦਾ ਉਦਘਾਟਨ ਕੀਤਾ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਲਖਵੀਰ ਰਾਏ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋ ਕੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਨਾਮ ਵੰਡਣ ਦੀ ਰਸਮ ਅਦਾ ਉਹਨਾਂ ਦੇ ਵੱਲੋਂ ਕੀਤੀ ਗਈ ਜਗਤਾਰ ਸਿੰਘ ਹਵਾਰਾ ਨੇ ਹਾਈ ਕੋਰਟ ਨੂੰ ਲਾਈ ਪਟੀਸ਼ਨ ਮਾਮਲੇ ਨੂੰ ਕੇਂਦਰ ਨੇ ਬਣਾਇਆ ਮਾਮਲੇ 'ਚ ਕੇਂਦਰ ਨੂੰ ਬਣਾਇਆ ਜਾਵੇਗਾ ਪਾਰਟੀ ਸਾਬਕਾ ਮੁੱਖ ਮੰਤਰੀ ਬਿਰਨ ਸਿੰਘ ਦੇ ਕਤਲ ਸਮੇਤ ਹੋਰ ਕਈ ਮਾਮਲੇ 'ਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਜੇਲ੍ਹ ਬਦਲਣ ਦੀ ਮੰਗ ਕੀਤੀ ਗਈ ਹੈ ਹਵਾਰਾ ਵੱਲੋਂ ਪਟੀਸ਼ਨ ਚੁਕਾਇਆ ਗਿਆ ਕਿ ਜ਼ਿਆਦਾਤਰ ਚੱਲ ਰਹੇ ਮਾਮਲਿਆਂ ਵਿੱਚ ਸੁਣਵਾਈ ਚੰਡੀਗੜ੍ਹ ਤੋਂ ਚੱਲ ਰਹੀ ਇਸ ਲਈ ਉਹਨਾਂ ਨੂੰ ਤਿਹਾੜ ਦੇਲ ਤੋਂ ਚੰਡੀਗੜ੍ਹ ਦੀ ਬੜੇਲ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ ਬੱਬਰ ਖਾਲਸਾ ਦੇ ਮੁਖੀ ਜਗਤਾਰ ਸਿੰਘ ਹਵਾਰਾ ਦੀ ਮੰਗ ਤੇ ਹਾਈ ਕੋਰਟ ਨੇ ਕਿਹਾ ਕਿ ਹਵਾਰਾ ਦੀ ਜੇਲ੍ਹ ਬਦਲਣ ਬਾਰੇ ਕੇਂਦਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਹੈ ਕਿ ਹਵਾਰਾ ਨੂੰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਹੀ ਨਹੀਂ ਕੀਤਾ ਜਾ ਸਕਦਾ ਨਕੌਦਰ ਦੇ ਵਿੱਚ ਵੱਡਾ ਕਤਲकांड ਆ ਜੀ ਆਪ ਤੇ ਬਰੇ ਵੜਿੰਗ ਕਿਹਾ ਹੁਣ ਤੱਕ ਗੁਜਰਾਤ ਹਿਮਾਚਲ ਨੂੰ ਛੱਡ ਕੇ ਪੰਜਾਬ ਦੇ ਵੱਲ ਧਿਆਨ ਦਿਓ ਪੰਜਾਬ ਕਾਂਗਰਸ ਦੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਿੱਚ ਨਾਕਾਮ ਰਹਿਦੀ ਨਖੇਦੀ ਕੀਤੀ ਆ ਪਾਰਟੀ ਵੱਲੋਂ ਬੀਤੀ ਰਾਤ ਨਕੌਦਰ ਵਿੱਚ ਕਪੜਾ ਵਪਾਰੀ ਤੇ ਉਸ ਦੀ ਸੁਰੱਖਿਆ ਗਾਰਡ ਦੇ ਕਤਲ ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਸੂਬਾ ਸਰਕਾਰ ਤੇ ਨਿਸ਼ਾਨੇ ਵਿਧੇ ਨੇ ਇਨ੍ਹਾਂ ਕਤਲਾਂ ਦੇ ਪ੍ਰਤੀਕਰਮ ਦਿੰਦਿਆਂ ਸੂਬਾ ਕਾਂਗਰਸ ਪ੍ਰਧਾਨ ਮੋਰਿੰਦਰ ਸਿੰਘ ਰਾਜਵੜਿੰਗ ਨੇ ਕਿਹਾ ਕਿ ਪੰਜਾਬ ਤੋਂ ਜੰਗਲ ਰਾਜ ਤਬੂਲਾਬਾਲਾ ਅਪਰਾਧੀ ਅਤੇ ਗੈਂਗਸਟਰ ਬਿਨਾਂ ਕਿਸੇ ਕਾਨੂੰਨ ਦੇ ਡਰ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਵੀ ਹਮਦਰਦੀ ਪ੍ਰਗਟ ਕੀਤੀ ਅਮਨ ਕਾਨੂੰਨ ਦੀ ਨਕਾਮੀ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਿੱਚ ਨਕਾਮ ਰਹੀ ਸਰਕਾਰ ਤੇ ਵਰਦਿਆ ਕਿ ਪੰਜਾਬ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਅਸੁਰੱਖਿਅਤ ਹਨ ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਕਰਮਚਾਰੀਆਂ ਦੇ ਸਰਟੀਫਿਕੇਟਾਂ ਦੀ ਜਾਂਚ ਕਰਵਾਉਣ ਦੇ ਹੁਕਮ ਪੰਜਾਬ ਸਰਕਾਰ ਨੇ ਸਮਾਰਜਿਕ ਸੁਰੱਖਿਆ ਸਤਰੀ ਬਾਲ ਵਿਕਾਸ ਵਿਭਾਗ ਵੱਲੋਂ ਸਮੂਧ ਦਵਿਆਂਗ ਅਧਿਕਾਰੀਆਂ ਕਰਮਚਾਰੀਆਂ ਤੰਗਹੀਨਾਂ ਵਾਸਤੇ ਸਰਟੀਫਿਕੇਟਾਂ ਦੀ ਜਾਂਚ ਪੀਜੀਆਈ ਐਮਈਆਰ ਚੰਡੀਗੜ੍ਹ ਤੋਂ ਕਰਵਾਉਣ ਦੇ ਆਦੇਸ਼ ਸਾਰੇ ਵਿਭਾਗਾਂ ਨੂੰ ਦੇ ਪ੍ਰਬੰਧਕੀ ਸਿਕਤਰਾਂ ਨੂੰ ਦਿੱਤੇ ਨੇ ਸਰਕਾਰ ਨੇ एसबीबीसी अध्यापक यूनियन दी मांग पत्र नंबर ते काफी समूह विभागण नु प्रबंधकी स्कत्रान नु लिखया कि मांग पत्र नुक्ता नंबर 23 ਅਨਸਾਰ ਆਪਣੇ ਵਿਭਾਗ ਦੇ ਅਧੀਨ ਆਉਂਦੇ ਸਾਰੇ ਬੋਰਡ ਦੇ ਕਰਮਚਾਰੀਆਂ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਸਮੂਹ ਦਿਵਿਆਂਗ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅੰਗ ਹਿੰਤਾ ਸਰਟੀਫਿਕੇਟ ਜਾਰੀ ਕਰਵਾਉਣ ਲਈ ਕਿਹਾ ਸਰਵੇ ਦੇ ਵਿੱਚ ਵੱਡਾ ਖੁਲਾਸਾ ਜੀ ਭਾਰਤੀ ਔਰਤਾਂ ਚ ਗੁੱਸਾ ਦੁਨੀਆ ਤੋਂ ਦੁੱਗਣਾ 10 ਸਾਲ ਪਹਿਲਾਂ ਮਰਦਾਂ ਦੇ ਬਰਾਬਰ ਸੀ ਗੁੱਸਾ ਹੁਣ ਜ਼ਿਆਦਾ ਅਮਰੀਕਾ ਅਫਰੀਕਾ ਤੋਂ ਏਸ਼ੀਆ ਤੋਂ ਯੂਰਪ ਤੱਕ ਪਿਛਲੇ 10 ਸਾਲਾਂ ਵਿੱਚ ਦੁਨੀਆ ਤੇਜ਼ੀ ਨਾਲ ਬਦਲੀ ਐ ਇਸ ਲੋਕਾਂ ਦੇ ਵਿੱਚ ਤਣਾਅ ਗੁੱਸਾ ਤੇ ਚਿੰਤਾ ਦਾ ਪੱਧਰ ਵਿੱਚ ਵਾਧਾ ਹੋਇਆ ਜੀ ਹੁਣ ਲੋਕ ਪਹਿਲਾਂ ਨਾਲੋਂ ਜ਼ਿਆਦਾ ਗੁੱਸੇ ਤੇ ਦੁਖੀ ਹਨ ਔਰਤਾਂ ਹੋਰ ਵੀ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇੱਕ ਵਾਰ ਫਿਰ ਨਵੇਂ ਰੰਗ ਲੈ ਕੇ ਪੇਸ਼ ਹੋਏ ਗਾਇਕ ਸਤਿੰਦਰ ਸਰਤਾਜ ਪੰਜਾਬ ਦੇ ਵਿੱਚ ਅੱਜ ਬੰਦ ਰਹਿਣਗੇ ਸਕੂਲ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਆਪਣੀ ਬੱਚੀ ਨੂੰ ਕਨੇਡਾ ਭੇਜਣ ਦਾ ਹਮੇਸ਼ਾ ਰਹੇਗਾ ਪਛਤਾਵਾ ਸੋ ਪਵਨ ਪ੍ਰੀਤ ਦੇ ਮਾਪਿਆਂ ਨੇ ਸਾਂਝਾ ਕੀਤਾ ਦਿਲ ਦਾ ਦਰਦ ਪੀਲ ਪੁਲਿਸ ਨੇ ਸ਼ੱਕੀ ਦੀ ਗ੍ਰਿਫਤਾਰੀ ਲਈ ਲੋਕਾਂ ਤੋਂ ਮਦਦ ਦੀ ਕੀਤੀ ਮੰਗ ਆਦਾ ਪ੍ਰਸਿੱਧ ਅਦਾਕਾਰ ਗੱਗੂ ਗਿੱਲ ਦੇ ਪੁੱਤਰ ਗੁਰਜੋਤ ਗਿੱਲ ਵਜਿਆਵਿਆਂ ਦੇ ਬੰਦਨ ਦੇ ਵਿੱਚ ਤਸਵੀਰਾਂ ਹੋਰੀਆਂ ਨੇ ਜੀ ਵਾਇਰਲ ਹਰਸਿਮਰਤ ਕੌਰ ਬਾਦਲ ਨੇ ਬੁਲਟ ਪਿੱਛੇ ਬੈਠੇ ਆਪ ਦਾ ਵਿਧਾਇਕ ਕਿਹਾ ਭਜਾ ਕੇ ਲੈ ਜਾਈਏ ਬਠਿੰਡਾ ਵਿੱਚ ਵਿਰਾਸਤੀ ਮੇਲੇ ਚ ਪਹੁੰਚੀ ਸਾਬਕਾ ਮੰਤਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੁਲਟ ਮੋਟਰਸਾਈਕਲ ਦੀ ਸਵਾਰੀ ਕਰਦੀ ਨਜ਼ਰ ਆਈ ਇਸ ਮੌਕੇ ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਹਰਸਿਮਰਤ ਬਾਦਲ ਦੇ ਪਿੱਠੇ ਪਿੱਛੇ ਬੈਠੇ ਨਜ਼ਰ ਆ ਰਹੇ ਹਨ ਹਰਸਿਮਰਤ ਬਾਦਲ ਨੇ ਮਜ਼ਾਕ ਵਿੱਚ ਪੁੱਛਿਆ ਸੀ ਤੁਹਾਨੂੰ ਇੱਥੋਂ ਭਜਾ ਕੇ ਲੈ ਜਾਈਏ ਕੇਂਦਰੀ ਮੰਤਰੀ ਹਰ ਸਿਮਰਤ ਕੌਰ ਬਾਦਲ ਨੇ ਗੁਜਰਾਤ ਅਤੇ ਹਿਮਾਚਲ ਵਿੱਚ ਹੋਈਆਂ ਚੋਣਾਂ 'ਚ ਬੋਲਦਿਆਂ ਕਿ ਗੁਜਰਾਤ ਤੇ ਹਿਮਾਚਲ ਦੇ ਲੋਕ ਪੰਜਾਬੀਆਂ ਨਾਲੋਂ ਕਿਤੇ ਸਿਆਣੇ ਨਿਕਲੇ ਧੋਖੇਬਾਜ਼ਤ ਤੇ ਤਬਦੀਲੀਆਂ ਦੇ ਚੱਕਰ ਵਿੱਚ ਹੀ ਨਹੀਂ ਪਏ। ਕਲੱਚ ਦੀ ਤਾਰ ਟੁੱਟ ਜਾਵੇ ਰਸਤੇ 'ਚ ਤਾਂ ਘਬਰਾਉਣਾ ਇਸ ਸਾਨ ਟਿਪਸ ਨਾਲ ਹੋ ਜਾਵੇਗਾ ਸਮੱਸਿਆ ਦਾ ਹੱਲ ਜਾਣਨ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਚੈੱਕ ਕਰੋ। ਜੇ ਸਿਆਸੀ ਪਾਰਟੀਆਂ ਨੇ ਹੁਣ ਵੀ ਸਬਕ ਨਹੀਂ ਸਿੱਖਿਆ ਗੁਜਰਾਤ ਵਿਧਾਨ ਸਭਾ ਤੇ ਦਿੱਲੀ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਪਾਰਟੀਆਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਸਭ ਤੋਂ ਵੱਡਾ ਖਤਰਾ ਕਾਂਗਰਸ ਲਈ ਖੜਾ ਹੋ ਗਿਆ ਚੋਣ ਨਤੀਜਿਆਂ ਨੇ ਸਪਸ਼ਟ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਐਂਟਰੀ ਭਾਰਤੀ ਜਨਤਾ ਪਾਰਟੀ ਲਈ ਘੱਟ ਸਗੋਂ ਕਾਂਗਰਸ ਪਾਰਟੀ ਦੇ ਕੀਮਤ ਤੇ ਜ਼ਿਆਦਾ ਹੋ ਰਹੀ ਹੈ ਰੇਲਵੇ ਸਟੇਸ਼ਨ ਤੇ ਖੜੇ ਟੀਟੀਈ ਦੇ ਸਿਰ ਤੋਂ ਡਿੱਗੀ ਹਾਈ ਟੈਂਸ਼ਨ ਦੀ ਤਾਰ ਰੌਂਗਟੇ ਖੜੇ ਕਰਦੇ ਵੇਗੀ ਵੀਡੀਓ ਸੋ ਜਿਹੜੀ ਹੋ ਰਹੀ ਆ ਵਾਇਰਲ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦੁਨੀਆ ਦਾ ਸਭ ਤੋਂ ਮਹਿੰਗਾ ਅਨਾਨਾਸ ਕੀਮਤ 1 ਲੱਖ ਰੁਪਏ ਸੋ ਵਿਟਾਮਿਨ ਸੀ ਐਕਸੀਡੈਂਟਸ ਤੇ ਖਣਿਜ ਵਰਗੇ ਮੈਗਜ਼ੀਨਾਂ ਤੇ ਪੋਟਾਸ਼ੀਅਮ ਦੇ ਭਰਪੂਰ ਸਰੋਤ ਹੈ ਸੋ ਇਸ ਦੀ ਸਿਹਤ ਲਈ ਬਹੁਤ ਵਧੀਆ ਫਲ ਮੰਨਿਆ ਗਿਆ ਖਾਸ ਕਰਕੇ ਸਰਦੀਆਂ ਦੇ ਮੌਸਮ ਲਈ ਤੁਸੀਂ ਜਾਣਦੇ ਹੋ ਇਸ ਫਲ ਦੀ ਕਿਸਮ ਇਸ ਨੂੰ ਖਰੀਦਣਾ ਹਰ ਇੱਕ ਦੇ ਵੱਸ ਦੀ ਨਹੀਂ ਗੱਲ ਸੋ ਇਸ ਕਰਕੇ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਕਸਕਸ ਗੁਣਾ ਨਾਲ ਹੈ ਭਰਪੂਰ ਇਸ ਦੇ ਸੇਵਨ ਨਾਲ ਕਈ ਸਮੱਸਿਆਵਾਂ ਤੋਂ ਮਿਲਦਾ ਹੈ ਛੁਟਕਾਰਾ ਸੋ ਜੜੀ ਬੂਟੀਆਂ ਦੇ ਬੀਜ ਸਾਡੀ ਸਿਹਤ ਨੂੰ ਕਈ ਤਰੀਕਿਆਂ ਦੇ ਨਾਲ ਲਾਭ ਪਹੁੰਚਾਉਂਦੇ ਨੇ ਸੋ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਜਿਹੇ ਕਈ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਨੇ ਇਹਨਾਂ ਦੇ ਵਿੱਚੋਂ ਪੁੱਕੀ ਦਾ ਨਾਮ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਕਸਕਸ ਦੇ ਬੀਜ ਜਿਸ ਨੂੰ ਪੋਸਟ ਦੇ ਬੀਜ ਵੀ ਕਿਹਾ ਜਾਂਦਾ ਬਹੁਤ ਸਾਰੇ ਜ਼ਰੂਰੀ ਪੋਸਟਿਕ ਤੱਤ ਹੁੰਦੇ ਨੇ ਦ ਕੁਲੜ ਪੀਜਾ ਕਪਲ ਦਾ ਗਵਾਂਡੀ ਨਾਲ ਝਗੜੇ ਦਾ ਕੀ ਨਿਕਲਿਆ ਨਤੀਜਾ ਸੋ ਜਾਣਨ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਗੁਜਰਾਤ ਜਿਤ ਮਗਰੂ ਭਾਜਪਾ ਹਾਈ ਕਮਾਂਡ ਦੀਆਂ ਨਜ਼ਰਾਂ ਪੰਜਾਬ ਤੇ ਅਗਲੇ 6 ਮਹੀਨੇ ਅਹਿਮ ਹਨ ਗੁਜਰਾਤ ਵਿੱਚ ਆਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ 156 ਸੀਟਾਂ ਤੇ ਵੱਡੀ ਜਿੱਤ ਪ੍ਰਾਪਤ ਕਰਕੇ ਭਾਜਪਾ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਜੇ ਪੀਐਮ ਮੋਦੀ ਦਾ ਡੰਕਾ ਗੁਜਰਾਤ ਦੇ ਵਿੱਚ ਵਜਸਤਾ ਦਿਖਾਈ ਦੇ ਰਿਹਾ ਹੈ ਜੀ ਪੂਰੇ ਵਿਸ਼ਵ ਦੇ ਵਿੱਚ ਵਜਣ ਦੀ ਸੰਭਾਵਨਾ ਹੈ ਸੋ ਜਿਹੇ ਚ 14 ਮਹੀਨੇ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਤਸਵੀਰ ਤੀਸਰੀ ਵਾਰ ਜਿੱਤ ਪ੍ਰਾਪਤ ਕਰਨ ਲਈ ਪਲੇਟਫਾਰਮ ਬਣਾਉਣ ਚ ਸਫਲ ਰਹੀ ਹੈ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਆਈ ਇੱਕ ਹੋਰ ਵੱਡੀ ਖਬਰ ਵਿਭਾਗ ਦੇ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਨੇ ਤੇ ਪੰਜਾਬ ਮੰਤਰੀ ਮੰਡਲ ਚ ਫੇਰ ਬਦਲਦੀਆਂ ਤਿਆਰੀਆਂ ਅਸਰਾਰੀ ਸਣੇ ਕਈ ਹੋਰ ਵਿਰਜ਼ੀਆਂ ਦੀ ਹੋ ਸਕਦੀ ਹੈ ਜੇ ਛੁੱਟੀ ਲੱਗ ਸਕਦਾ ਹੈ ਜੀ ਵੱਡਾ ਝਟਕਾ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇ ਪਾਕਿਸਤਾਨ ਨੇ ਭਾਰਤੀ ਬੀਐਸਐਫ ਜਵਾਨ ਅਮਿਤ ਨੂੰ ਛੱਡਿਆ ਪੰਜਾਬ ਚ ਗੁੰਡਾ ਰਾਜ ਤਲਵੰਡੀ ਸਾਬੂ ਦੇ ਦੇਣ ਦਿਹਾੜੇ ਚੱਲੀਆਂ ਤਾਬੜ ਤੋੜ ਗੋਲੀਆਂ 75 ਸਾਲਾ ਐਨਆਰਆਈ ਬਜ਼ੁਰਗ ਤੇ ਬਲਾਤਕਾਰ ਦਾ ਪਰਚਾ ਦਰਜ ਜਲੰਦ ਸਿੰਲਿੰਡਰ ਫਟਣ ਦੇ ਨਾਲ ਵਿਆਹ ਸਮਾਗਮ ਦੇ ਵਿੱਚ ਵਾਪਰਿਆ ਵੱਡਾ ਹਾਦਸਾ ਤੇ ਸੱਤਾ ਚ ਪਰਤਨ ਮਗਰੋਂ ਤਾਲਿਬਾਨ ਵੱਲੋਂ ਪਹਿਲੀ ਸ਼ਰੀਆਮ ਸਜ਼ਾ ਹਜ਼ਾਰਾਂ ਸਾਹਮਣੇ ਮਾਰੀਆਂ ਗੋਲੀਆਂ ਸੋ ਇਹ ਵੀ ਵੱਡੀ ਖਬਰ ਆ ਤੇ ਪਾਕਿਸਤਾਨ ਚੋਂ ਹੜਾਂ ਦਾ ਕਹਿਰ 80 ਲੱਖ ਲੋਕ ਬਿਮਾਰੀਆਂ ਤੇ ਖਾਣੇ ਦੀ ਘਾਟ ਨਾਲ ਜੂਝ ਰਹੇ ਹਨ ਗੁਜਰਾਤ ਦੇ ਮੁੱਖ ਮੰਤਰੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ ਸੋ ਇਸ ਵੇਲੇ ਦੀ ਵੱਡੀ ਤੇ ਬਿਗ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਆ ਜਾਣਨ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਧੰਨਵਾਦ